ਮਨਪ੍ਰੀਤ ਜੀ ਆਰਐਸਐਸ ਦੀ ਐਨਵਲ ਸਟੇਟਮੈਂਟ ਦੇ ਵਿੱਚ ਕਿਸਾਨਾਂ ਵਾਸਤੇ ਜਿਸ ਤਰ੍ਹਾਂ ਦੇ ਸ਼ਬਦ ਇਸਤੇਮਾਲ ਕੀਤੇ ਗਏ ਉਸ ਚੀਜ਼ ਦੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਨਖੇਦੀ ਕੀਤੀ ਗਈ ਹੈ ਜੀ ਪਹਿਲੀ ਵਾਰੀ ਕੋਈ ਪੰਜਾਬ ਤੋਂ ਕੋਈ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਆਪਾਂ ਨੂੰ ਪਤਾ ਹੀ ਹੈ ਕਿ ਇਥੋਂ ਦੇ ਆਪੋਜੀਸ਼ਨ ਦੇ ਲੀਡਰ ਨੇ ਇਹਨਾਂ ਨੇ ਖੁੱਲ ਕੇ ਆਰਐਸਐਸ ਦੇ ਖਿਲਾਫ ਇਸ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਹੈ ਦਰਸਲ ਹੋਇਆ ਕਿ ਕਿ ਬੀਤੇ ਸ਼ੁੱਕਰਵਾਰ ਨੂੰ 15 ਮਾਰਚ ਨੂੰ ਇੱਕ ਸਾਲਾਨਾ ਰਿਪੋਰਟ ਸ਼ਾਇਆ ਕੀਤੀ ਗਈ ਇੱਕ ਰਿਲੀਜ਼ ਕੀਤੀ ਗਈ ਨਾਗਪੁਰ ਹੈੱਡਕੁਆਟਰ ਦਾ ਆਰਐਸਐਸ ਦਾ ਉਥੋਂ ਇਹ ਰਿਪੋਰਟ ਆਈ 2023-24 ਦੇ ਵਿੱਚ ਜਿਹਦੇ ਵਿੱਚ ਖਾਸ ਤੌਰ ਤੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਸੀ ਜਿਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਕਾਫੀ ਨਾਰਾਜ਼ ਹੋਏ ਔਰ ਉਹਦੇ ਵਿੱਚ ਜਿਹੜੇ ਜਨਰਲ ਸਕੱਤਰ ਸੀ ਆਰਐਸਐਸ ਦੇ ਦਾਤਤreya ਹਾਸ ਬੋਲੇ ਉਹਨਾਂ ਨੇ ਇਹ ਸਟੇਟਮੈਂਟ ਜਾਂ ਇਹ ਰਿਪੋਰਟ ਜਾਰੀ ਕੀਤੀ ਸੀ ਔਰ ਉਹਦੇ ਵਿੱਚ ਕਿਸਾਨਾਂ ਲਈ ਬੜੀ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ ਕਾਸ ਵਰਤੇ ਜਦੋਂ ਕਿਸਾਨਾਂ ਨੂੰ ਇਹ ਕਿਹਾ ਗਿਆ ਕਿ ਦੇਖੋ ਜੀ ਇਹ ਤਾਂ ਅਨਾਰਕਿਸਟ ਨੇ ਇਹ ਤਾਂ ਅਰਾਜਕਤਾ ਫਲਾਉਂਦੇ ਨੇ ਰਾਜਕਤਾਵਾਦੀ ਨੇ ਇਸੇ ਤਰ੍ਹਾਂ ਇਹਨਾਂ ਨੂੰ ਵੱਖਵਾਦੀ ਵੀ ਕਿਹਾ ਗਿਆ ਸੈਪਰੇਟ ਵੀ ਕਿਹਾ ਗਿਆ ਕਿ ਇਹ ਇੱਕ ਤਰ੍ਹਾਂ ਦੇ ਸੈਪਰੇਟਿਸਟ ਨੇ ਇਹ ਸਾਰੀਆਂ ਚੀਜ਼ਾਂ ਜਦੋਂ ਲੈ ਕੇ ਤੇ ਪ੍ਰਤਾਪ ਸਿੰਘ ਬਾਜਵਾ ਔਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਵਾਸੂ ਜੀ ਕਿ ਹੁਣ ਲੋਕ ਸਭਾ ਦੀ ਇਹ ਚੋਣਾਂ ਦਾ ਐਲਾਨ ਹੋ ਗਿਆ ਜੀ ਇੱਕ ਦੂਸਰੇ ਦੇ ਪ੍ਰਤੀ ਸਟੇਟਮੈਂਟਸ ਦੇਣੀਆਂ ਜਾਂ ਕਿਸੇ ਤਰ੍ਹਾਂ ਦੀ ਟਿੱਪਣੀਆਂ ਕਰਨੀਆਂ ਇਹਨਾਂ ਦਿਨਾਂ ਦੇ ਵਿੱਚ ਖੁੱਲ ਖੁੱਬ ਜੜੀਆਂ ਪ੍ਰਚਲਿਤ ਰਹਿਣਗੀਆਂ ਪਰ ਆਰਐਸਐਸ ਸ਼ੁਰੂਆਤੀ ਦੌਰ ਪੇ ਤੁਸੀਂ ਸੰਨ 2021 ਦੇ ਦੌਰਾਨ ਵੀ ਦੇਖ ਲਓ 21 ਦਾ ਅੰਦੋਲਨ ਉਦੋਂ ਵੀ ਕਿਸਾਨਾਂ ਦੇ ਖਿਲਾਫ ਕਦੇ ਉਹਨਾਂ ਨੂੰ ਅਤਵਾਦੀ ਕਦੇ ਟੈਰਰਿਸਟ ਕਦੇ ਖਾਲਿਸਤਾਨੀ ਕਦੇ ਉਹਨਾਂ ਨੂੰ ਐਂਟੀ ਨੈਸ਼ਨਲ ਸਾਰਾ ਕੁਝ ਕਿਹਾ ਗਿਆ ਸੋ ਇਸ ਗੱਲ ਤੋਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਰਐਸਐਸ ਸਭ ਪਹਿਲਾਂ ਆਪਣੇ ਪਛੋਕੜ ਬਾਰੇ ਸੋਚ ਲੈ ਕਹਿੰਦੇ ਕਿ ਸਾਰਿਆਂ ਨੂੰ ਪਤਾ ਦੁਨੀਆ ਭਰ ਦੇ ਵਿੱਚ ਔਰ ਇਹ ਹਿਸਟਰੀ ਦੀਆਂ ਬੁੱਕਸ ਦੇ ਵਿੱਚ ਦਰਜ ਆ ਕਿ ਜਿਹੜੇ ਆਪਣੇ ਆਪ ਨੂੰ ਅੱਜ ਕੱਲ ਬੜੇ ਨੈਸ਼ਨਲਿਸਟ ਕਹਾਉਂਦੇ ਆ ਬੜੇ ਕਹਿੰਦੇ ਨੇ ਕਿ ਅਸੀਂ ਤਾਂ ਸਾਡੇ ਤੋਂ ਵੱਡੇ ਦੇਸ਼ ਭਗਤ ਨਹੀਂ ਇਹਨਾਂ ਦਾ ਆਜ਼ਾਦੀ ਦੀ ਭਾਰਤ ਦੀ ਆਜ਼ਾਦੀ ਦੇ ਵਿੱਚ ਇੱਕ ਵੀ ਪੈਸੇ ਦਾ ਜਾਂ ਥੇਲੇ ਦਾ ਵੀ ਇਹਦੀ ਇਹਨਾਂ ਦੀ ਕੰਟਰੀਬਿਊਸ਼ਨ ਨਹੀਂ ਬਲਕਿ ਇਹ ਅੰਗਰੇਜ਼ਾਂ ਦੇ ਪਟੂ ਹੁੰਦੇ ਸੀ ਇਹ ਗੱਲ ਵੀ ਉਹਨਾਂ ਨੇ ਕਈ ਔਰ ਲਗਾਤਾਰ ਇਹ ਗੱਲਾਂ ਆ ਰਹੀਆਂ ਨੇ ਸੋ ਇਸ ਕਰਕੇ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵਧਣਗੀਆਂ ਔਰ ਆਰਐਸਐਸ ਆਪਾਨੂੰ ਪਤਾ ਹੀ ਹੈ ਕੋਈ ਅਫਵਾਹ ਲਾਉਣੀ ਹੋਵੇ ਇਸ ਤਰ੍ਹਾਂ ਦੀ ਕਿਉਂਕਿ ਇਹ ਕੋਈ ਰਜਿਸਟਰਡ ਬਾਡੀ ਤਾਂ ਹੈ ਨਹੀਂ ਔਰ ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਜ਼ਿੰਮੇਵਾਰੀ ਨਾ ਹੋਵੇ ਅਕਾਉਂਟੇਬਿਲਟੀ ਨਾ ਹੋਵੇ ਤੇ ਫਿਰ ਇਹ ਜੋ ਮਰਸੀ ਕਹਿੰਦੇ ਫਿਰਦੇ ਨੇ ਇਲਜ਼ਾਮ ਇਹਨਾਂ ਤੇ ਬਹੁਤ ਲੱਗਦੇ ਨੇ ਔਰ ਹਮੇਸ਼ਾ ਤੋਂ ਲੱਗਦੇ ਆ ਰਹੇ ਨੇ ਜੀਵਾ ਸੂਜੀ ਤੇ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਪ੍ਰतिकਰਮ ਨਹੀਂ ਆਇਆ ਜੀ ਹਜੇ ਤੱਕ ਆਮ ਆਦਮੀ ਪਾਰਟੀ ਦਾ ਇਸ ਪ੍ਰਤੀ ਕਿਸੇ ਤਰ੍ਹਾਂ ਦਾ ਕੋਈ ਪ੍ਰਤੀਕਰਮ ਨਹੀਂ ਹੈ। ਕਈ ਵਾਰੀ ਆਪਸ ਦੇ ਵਿੱਚ ਹੁਣ ਤੁਸੀਂ ਦੇਖੋ ਇਹ ਗੱਲਾਂ ਇਹ ਤਾਂ ਬਹੁਤ ਕਰਦੇ ਨੇ ਆਮ ਆਦਮੀ ਪਾਰਟੀ ਵਾਲੇ ਕਿ ਦੇਖੋ ਜੀ ਸਾਡੇ ਉੱਥੇ ਈਡੀ ਦੀਆਂ ਰੇਡਾਂ ਪਉਂਦੀਆਂ ਸਾਡੇ ਜਿਹੜੇ ਦੋ ਵਿਅਕਤੀ ਨੇ ਇਸ ਟਾਈਮ ਬੜੇ ਅਹਿਮ ਲੀਡਰ ਨੇ ਉਹ ਅੰਦਰ ਕਰਤੇ ਇੱਕ ਬਾਹਰ ਇੰਟੈਰਨ ਤੇ ਬੇਲ ਉੱਤੇ ਆ ਪਰ ਹਜੇ ਤੱਕ ਇਸ ਉੱਤੇ ਕਿਸੇ ਤਰ੍ਹਾਂ ਦੀ ਕੋਈ ਪ੍ਰਤੀਕਿਰਿਆ ਮੈਂ ਕਿਸੇ ਪਾਸੇੋਂ ਆਮ ਆਦਮੀ ਪਾਰਟੀ ਵੱਲੋਂ ਨਹੀਂ ਦੇਖੀ ਜੀ ਵਾਸੂ ਜੀ ਤੇ ਮਨਪ੍ਰੀਤ ਜੀ ਇਲੈਕਟਰਲ ਬਾਂਡਸ ਦੇ ਮਾਮਲੇ ਤੇ ਜਿਹੜੀ ਐਸਬੀਆਈ ਨੇ ਅਧਿ ਅਧੂਰੀ ਜਾਣਕਾਰੀ ਸਾਂਝੀ ਕੀਤੀ ਸੁਪਰੀਮ ਕੋਰਟ ਦੇ ਨਾਲ ਉਸ ਮਾਮਲੇ ਦੇ ਵਿੱਚ ਐਸਬੀਆਈ ਨੂੰ ਇੱਕ ਵਾਰ ਫਿਰ ਤੋਂ ਝਾੜ ਪਈ ਹੈ ਜੀ ਕੋਰਟ ਤੋਂ ਤੀਸਰੀ ਵਾਰੀ ਵਾਸੂ ਜੀ ਸਟੇਟ ਬੈਂਕ ਆਫ ਇੰਡੀਆ ਭਾਰਤ ਦਾ ਬੜਾ ਪੁਰਾਣਾ ਅਦਾਰਾ ਹੈ 70 ਸਾਲ ਪੁਰਾਣਾ ਅਦਾਰਾ 22000 ਤੋਂ ਵੀ ਵੱਧ ਇਹਦੀਆਂ ਬ੍ਰਾਂਚੇਜ਼ ਨੇ ਔਰ ওভারਸੀਜ਼ ਬ੍ਰਾਂਚੇਸ ਵੀ ਹੈ ਬਾਹਰਲੇ ਮੁਲਕਾਂ ਦੇ ਵਿੱਚ ਲਗਭਗ 230 ਦੇ ਕਰੀਬ ਇਸੇ باوجود ਇਹਦੇ ਤੁਸੀਂ ਦੇਖੋ ਕਿ ਇਹਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਕਤਾਈ ਕੀਤੀ ਔਰ ਤੀਸਰੀ ਵਾਰੀ ਸੁਪਰੀਮ ਕੋਰਟ ਨੂੰ ਇਹਨੂੰ ਝਾੜ ਪਾਉਣੀ ਪਈ ਇਹਨੂੰ ਡਾਂਟ ਦੇਣੀ ਪਈ ਉਹਨਾਂ ਨੂੰ ਡੰਡਾ ਦਿਖਾਉਣਾ ਪਿਆ ਕਿ ਜੇ ਇਸ ਵਾਰੀ ਤੁਸੀਂ ਤਮਾਮ ਜਾਣਕਾਰੀ ਪੂਰੀ ਤਫਸੀਲ ਨਾ ਦਿੱਤੀ ਤਾਂ ਫਿਰ ਅਸੀਂ ਤੁਹਾਡੇ ਖਿਲਾਫ ਕਾਰਵਾਈ ਕਰਨ ਲਈ ਮਜਬੂਰ ਹੋਵਾਂਗੇ ਆਪਾਂ ਨੂੰ ਪਤਾ ਹੀ ਹੈ ਕਿ ਲਗਾਤਾਰ ਸਟੇਟ ਬੈਂਕ ਆਫ ਇੰਡੀਆ ਨੂੰ ਕਿਹਾ ਜਾ ਰਿਹਾ ਔਰ ਤੁਸੀਂ ਦੇਖੋ ਸਟੇਟ ਬੈਂਕ ਆਫ ਇੰਡੀਆ ਕਿਸੇ ਇਸ਼ਾਰੇ ਤੇ ਸਾਰਾ ਕੁਝ ਕਰ ਰਿਹਾ ਕਿਉਂਕਿ ਕਿਤੇ ਨਾ ਕਿਤੇ ਭਾਰਤ ਸਰਕਾਰ ਚਾਹੁੰਦੀ ਨਹੀਂ ਕਿ ਜਿਹੜਾ ਇਲੈਕਟੋਰਲ ਬਾਂਡਸ ਆ ਵੱਖਰੀਆਂ ਵੱਖਰੀਆਂ ਪਾਰਟੀਆਂ ਨੂੰ ਕਿੰਨਾ ਚੰਦਾ ਮਿਲਿਆ ਉਸ ਦੀ ਜਾਣਕਾਰੀ ਜਾਂ तमाम ਜਾਣਕਾਰੀ ਲੋਕਾਂ ਦੇ ਸਾਹਮਣੇ ਆਵੇ ਪਰ ਸੁਪਰੀਮ ਕੋਰਟ ਮੈਨੂੰ ਲੱਗਦਾ ਨਹੀਂ ਕਿ ਇਸ ਵਾਰੀ ਕਿਸੇ ਵੀ ਇਸ ਤਰ੍ਹਾਂ ਦੇ ਮੂਡ ਦੇ ਵਿੱਚ ਆ ਕਿਸੇ ਬਖਸ਼ਣ ਦੇ ਮੂਡ ਦੇ ਵਿੱਚ ਆ ਔਰ ਇਸੇ ਕਰਕੇ ਹੁਣ ਇਹਨਾਂ ਨੇ 21 ਤਰੀਕ ਤੱਕ 21 ਮਾਰਚ ਆਉਣ ਵਾਲੇ ਵੀਰਵਾਰ ਤੱਕ ਇਸ ਸਟੇਟ ਬੈਂਕ ਆਫ ਇੰਡੀਆ ਨੂੰ ਕਿਹਾ ਇਹ ਜਿਹੜਾ αਨੂਮੈਰਿਕ ਨੰਬਰ ਆ ਉਹ ਸੀਕ੍ਰੇਟ ਨੰਬਰ ਆ ਕੋਡ ਆ ਜਿਹੜਾ ਚੰਦਾ ਦੇਣ ਵੇਲੇ ਤੇ ਚੰਦਾ ਕੈਸ਼ ਕਰਾਉਣ ਵੇਲੇ ਇਹ ਸਾਰਾ ਕੁਝ ਨੋਟ ਕੀਤਾ ਜਾਂਦਾ ਉਹ ਵੀ ਤੁਸੀਂ ਸਾਰਾ ਕੁਝ ਸਾਨੂੰ ਦੱਸੋ ਔਰ ਅਸੀਂ ਤਮਾਮ ਜਾਣਕਾਰੀ ਚਾਹੁੰਦੇ ਆ ਸਟੇਟ ਬੈਂਕ ਆਫ ਇੰਡੀਆ ਨੇ ਬੜੇ ਮਹਿੰਗੇ ਮਹਿੰਗੇ ਵਕੀਲ ਹਰੀਸ਼ ਸਾਲਵੇ ਤੋਂ ਲੈ ਕੇ ਇਸੇ ਤਰ੍ਹਾਂ ਮੁਕਲ ਰੋਥਕੀ ਤੋਂ ਲੈ ਕੇ ਤੁਸ਼ਾਰ ਮੇhta ਸੌਲਿਸੀਟਰ ਜਨਰਲ ਆ ਭਾਰਤ ਦੇ ਉਹ ਵੀ ਪੇਸ਼ ਹੋ ਰਹੇ ਸੀ ਸੋ ਉਹਨਾਂ ਦਾ ਪੇਸ਼ ਹੋਣ ਦਾ ਕੀ ਮਕਸਦ ਆ ਕਿ ਭਾਰਤ ਸਰਕਾਰ ਤੋਂ ਪੇਸ਼ ਹੋ ਰਹੇ ਆ ਤੋ ਇਹ ਸਾਰੀਆਂ ਗੱਲਾਂ ਦਰਸਾਉਂਦੀਆਂ ਨੇ ਕਿ ਇਹ ਜਾਣਕਾਰੀ ਨੂੰ ਲਗਾਤਾਰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸੁਪਰੀਮ ਕੋਰਟ ਨੇ ਇਹ ਗੱਲ ਕਲੀਅਰ ਕਰਤੀ ਹੈ ਕਿ ਜੇ ਸ਼ਾਮ ਦੇ 5 ਵਜੇ ਤੱਕ ਆਉਣ ਵਾਲੇ ਵੀਰਵਾਰ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਤਾਂ ਫਿਰ ਸਾਨੂੰ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਏਗਾ ਜੀਵਾਸੂ ਜੀ ਤੇ ਮਨਪ੍ਰੀਤ ਜੀ ਰਾਹੁਲ ਗਾਂਧੀ ਆਪਣੀ ਰੈਲੀ ਲੈ ਕੇ ਮੁੰਬਈ ਪਹੁੰਚੇ ਤੇ ਉੱਥੇ ਜੋਸ਼ ਵਿੱਚ ਉਹਨਾਂ ਨੇ ਕਿਹਾ ਕਹਿੰਦੇ Hindu ਧਰਮ ਦੇ ਵਿੱਚ ਇੱਕ ਸ਼ਬਦ ਹੈ ਸ਼ਕਤੀ ਕਹਿੰਦੇ ਅਸੀਂ ਵੀ ਉਸੇ ਤਰ੍ਹਾਂ ਸ਼ਕਤੀ ਦੇ ਖਿਲਾਫ ਲੜ ਰਹੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਗੱਲ ਫੜ ਲਈ ਕਹਿੰਦੇ ਅਸੀਂ ਤਾਂ ਨਾਰੀ ਸ਼ਕਤੀ ਦੇ ਨਾਲ ਖੜੇ ਆ ਉਹਨਾਂ ਨੇ ਸ਼ਕਤੀ ਦੀ ਜਿਹੜੀ ਕਨੋਟੇਸ਼ਨ ਆ ਉਹ ਨਾਰੀ ਸ਼ਕਤੀ ਵਾਲੀ ਲੈ ਲਈ ਤੇ ਹੁਣ ਰਾਹੁਲ ਗਾਂਧੀ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਮੇਰੀ ਗੱਲ ਨੂੰ ਆਊਟ ਆਫ ਕੰਟੈਕਸਟ ਲੈ ਰਹੇ ਨੇ ਬਿਲਕੁਲ ਇਹ ਮੈਂ ਦੋਨੇ ਭਾਸ਼ਣ ਸੁਣੇ ਆ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਂ ਦਾ ਦੌਰ ਆ ਲੋਕ ਸਭਾ ਦੀਆਂ ਚੋਣਾਂ ਡਿਕਲੇਅਰ ਹੋ ਗਈਆਂ ਨੇ ਤੇ ਇਹਨਾਂ ਤੋਂ ਕੋਈ ਸਿੱਖੇ ਕਿ ਸਟੇਟਮੈਂਟ ਨੂੰ ਤਰੋੜ ਮਰੋੜ ਕੇ ਪੇਸ਼ ਕਿਸ ਤਰ੍ਹਾਂ ਕਰਨਾ ਦਰਅਸਲ ਜਿਹੜੀ ਯਾਤਰਾ ਖਤਮ ਹੋਈ ਸੀ ਰਾਹੁਲ ਗਾਂਧੀ ਦੀ ਇੱਕ ਗੱਲ ਕਹੀ ਸੀ ਕਹਿੰਦੇ ਅਸੀਂ ਉਸ ਸ਼ਕਤੀ ਨਾਲ ਲੜਨਾ ਜਿਹੜੀ ਇਲੈਕਟ੍ਰੋਨਿਕ VOTING ਮਸ਼ੀਨਸ ਦੇ ਵਿੱਚ ਆ ਜਿਹੜੀ ECI ਦੇ ਵਿੱਚ ਆ ਜਿਹੜੀ CBI ਦੇ ਵਿੱਚ ਆ ਜਿਸ ਤਰ੍ਹਾਂ ਸੰਸਥਾਵਾਂ ਨੂੰ ਜਿਸ ਸ਼ਕਤੀ ਨੇ ਕੰਟਰੋਲ ਕਰ ਲਿਆ ਔਰ ਇੱਥੇ ਤਾਨਾਸ਼ਾਹੀ ਪੈਦਾ ਕਰਤੀ ਅਸੀਂ ਉਸ ਸ਼ਕਤੀ ਦੇ ਖਿਲਾਫ ਲੜਨਾ ਤੇ ਤੁਸੀਂ ਦੇਖੋ ਭਾਰਤ ਦੇ ਪ੍ਰਧਾਨ ਮੰਤਰੀ ਵਿਕਟਮ ਕਾਰਡ ਖੇਡ ਰਹੇ ਆ ਮੈਨੂੰ ਲੱਗਦਾ ਕਿ ਇੰਨੀ ਕੁ ਵਧੀਆ ਐਕਟਿੰਗ ਕਰਦੀ ਹੈ ਵੈਸੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੋਣਗੇ ਵੀ ਕਈ ਵਾਰੀਏ ਰੋਜਾਂ ਦੇ ਵਿਕਟਮ ਕਾਰਡ ਖੇਡਦੇ ਆ ਇੱਥੇ ਕਹਿ ਕੀ ਰਹੇ ਆ ਕਹਿੰਦੇ ਜੀ ਦੇਖੋ ਨਾਰੀ ਸ਼ਕਤੀ ਨੂੰ ਇਹਨਾਂ ਨੇ ਇਸ ਤਰ੍ਹਾਂ ਅਪਮਾਨ ਕਰਤਾ ਮੈਂ ਤਾਂ ਔਰਤਾ ਦੇ ਨਾਲ ਖੜਾ ਔਰ ਮੈਂ ਉਹਨਾਂ ਲਈ ਹਰ ਕੁਰਬਾਨੀ ਵੀ ਦੇ ਸਕਦਾ ਵੈਸੇ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਹਾਨੂੰ ਕੋਈ ਕੁਰਬਾਨੀ ਕਰਨ ਲਈ ਨਹੀਂ ਕਹਿ ਰਿਹਾ ਤੁਹਾਨੂੰ ਤਾਂ ਤੁਸੀਂ ਪ੍ਰਧਾਨ ਮੰਤਰੀ ਹੋ ਤੁਹਾਨੂੰ ਤਾਂ ਕੇਵਲ ਤੇ ਕੇਵਲ ਕਾਨੂੰਨ ਦੀ ਰੱਖਿਆ ਕਰੋ ਔਰ ਜੋ ਭਾਰਤ ਦਾ ਸੰਵਿਧਾਨ ਆ ਉਸ ਹਿਸਾਬ ਦੇ ਨਾਲ ਔਰਤਾਂ ਦੀ ਕੁੜੀਆਂ ਦੀ ਰੱਖਿਆ ਕਰੋ ਸਾਰਾ ਕੁਝ ਤੁਹਾਡੇ ਕੋਲੇ ਆ ਪਰ ਜਦੋਂ ਮਨੀਪੁਰ ਦੇ ਵਿੱਚ ਹਿੰਸਾ ਹੁੰਦੀ ਹੈ ਤੁਸੀਂ ਚੁੱਪ ਕਰ ਜਾਂਦੇ ਹੋ ਜਦੋਂ ਰੈਸਲਰਸ ਔਮਨ ਰੈਸਲਸ ਬੈਠਦੀਆਂ ਨੇ ਕਿ ਸਾਨੂੰ ਇਨਸਟਾਫ ਚਾਹੀਦਾ ਤੁਸੀਂ ਚੁੱਪ ਕਰ ਜਾਂਦੇ ਹੋ ਆਪਣੀ ਐਮਪੀ ਨੂੰ ਤੁਸੀਂ ਬਚਾਉਣ ਲੱਗ ਜਾਂਦੇ ਹੋ ਇਸੇ ਤਰ੍ਹਾਂ ਕਠੂਆ ਦੇ ਵਿੱਚ ਜਦੋਂ ਜੰਮੂ ਦੇ ਵਿੱਚ ਰੇਪ ਕੇਸ ਹੁੰਦਾ ਤੁਹਾਡੇ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਦੋਸ਼ੀਆਂ ਦੇ ਨਾਲ ਖੜੇ ਹੋ ਜਾਂਦੇ ਨੇ ਹਾਥਰਾਸ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਖੜੀ ਹੋ ਜਾਂਦੀ ਆ ਉਦੋਂ ਤੁਹਾਨੂੰ ਨਾਰੀ ਸ਼ਕਤੀ ਨਹੀਂ ਯਾਦ ਆਉਂਦੀ ਹੁਣ ਕਿਉਂਕਿ ਕੋਟਾ ਉਦੋਂ ਤੁਹਾਨੂੰ ਨਾਰੀ ਸ਼ਕਤੀ ਯਾਦ ਆਉਂਦੀ ਹੈ ਸੋ ਇਸ ਕਰਕੇ ਇਹ ਗੱਲਾਂ ਸਾਰੀਆਂ ਕਹਿ ਸਕਦੇ ਨੇ ਕਾਂਗਰਸ ਨੇ ਦਾ ਬਲਟ ਕੇ ਬਲਕਿ ਬਹੁਤ ਵੱਡਾ ਹਮਲਾ ਕੀਤਾ ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਦੇ ਅਸੀਂ ਕਈ ਗੱਲਾਂ ਦੇਖਾਂਗੇ ਜਦੋਂ ਇੱਕ ਦੂਸਰੇ ਦੇ ਬਿਆਨ ਤਰੋੜ ਮਰੋੜ ਕੇ ਪੇਸ਼ ਕੀਤੇ ਜਾਣਗੇ ਜੀ ਵਾਸੋ ਜੀ ਮਨਪ੍ਰੀਤ ਜੀ ਪਿਛਲੇ ਦਿਨੀ ਸਿਰਸਾ ਡੇਰਾ ਦੇ ਇੱਕ ਪ੍ਰਚਾਰਕ ਨੂੰ ਕੀ ਨਾਮ ਹੈ ਪ੍ਰਦੀਪ ਕੈਲਰ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨੇ ਦਾਵਾ ਕੀਤਾ ਕਹਿੰਦਾ ਕਿ ਗੁਰਮੀਤ ਰਾਮ ਰਹੀਮ ਤੇ ਹਨੀਪ੍ਰੀਤ ਬੇਅਦਬੀ ਦੇ ਮਾਮਲੇ ਦੋਨੋਂ ਕਹਿੰਦੇ ਇਹ ਮਾਸਟਰਮਾਈਂਡ ਸਨ ਹੁਣ ਉਸ ਤੋਂ ਬਾਅਦ ਦੀ ਮੰਗ ਉੱਠ ਰਹੀ ਹੈ ਕਿ ਦੋਨਾਂ ਨੂੰ ਪੰਜਾਬ ਲਿਆ ਕੇ ਨਾਲ ਤੋਂ ਪੁੱਛਗਿੱਛ ਕੀਤੀ ਜਾਵੇ ਦੇਖੋ ਵਾਸੂ ਜੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਪ੍ਰਦੀਪ ਕਲੇਰ ਨੂੰ ਫੜਿਆ ਗਿਆ ਔਰ ਇਹ ਸਨ 2018 ਤੋਂ ਵਾਸੂ ਜੀ ਪਗੋੜਾ ਸੀ ਭੱਜਿਆ ਹੋਇਆ ਸੀ ਔਰ ਇਹਦਾ ਐਫਆਈਆਰ ਦੇ ਵਿੱਚ ਨਾ ਦਰਸੀ ਕਿ ਜਿਹੜੇ ਬੇਅਦਬੀ ਦੇ ਕੇਸ ਹੋਏ ਨੇ ਖਾਸ ਤੌਰ ਤੇ ਸਨ 2015 ਦੇ ਵਿੱਚ ਉਹਦੇ ਲਈ ਇਹ ਜ਼ਿੰਮੇਵਾਰ ਆ ਤੇ ਇਹਦੇ ਨਾਲ ਦੋ ਹੋਰ ਪਗੋੜੇ ਆ ਇੱਕ ਦਾ ਨਾਮ ਹੈ ਸੰਦੀਪ ਬਰੇਟਾ ਤੇ ਦੂਸਰੇ ਦਾ ਨਾਮ ਹੈ ਹਰਸ਼ ਤੁਰੀ ਇਹਨਾਂ ਦੇ ਵਿੱਚੋਂ ਪ੍ਰਦੀਪ ਕਲੀਅਰ ਫੜ ਲਿਆ ਗਿਆ ਇਹ ਯੂਪੀ ਦੇ ਬੀਜੇਪੀ ਦੇ ਕੈਬਨਟ ਮਨਿਸਟਰ ਦੇ ਨਾਲ ਸੀ ਕਹਿੰਦੇ ਉੱਥੇ ਗਿਆ ਹੋਇਆ ਸੀ ਇਹਨੇ ਆਪ ਸਰੈਂਡਰ ਕਰਤਾ ਕਿ ਇਹਨੂੰ ਲੈ ਗਏ ਜਾਂ ਇਹਨੇ ਬਿਆਨ ਦੇਣਾ ਕਬੂਲ ਕਰ ਲਿਆ ਕਿਉਂਕਿ ਇਹ ਹੁਣ ਸਰਕਾਰੀ ਗਵਾਹ ਬਣ ਗਿਆ ਗਵਰਨਮੈਂਟ ਅਪਰੂਵਰ ਬਣ ਗਿਆ ਔਰ ਇਹਨੇ 164 164 ਕ੍ਰਿਮੀਨਲ ਪ੍ਰੋਸੀਜਰ ਕੋਡ ਆ ਭਾਰਤ ਦਾ ਉਸਦੇ ਦੀਨ ਮੈਜਿਸਟਰੇਟ ਦੇ ਅੱਗੇ ਗਵਾਹੀ ਦਿੱਤੀ ਆ ਬਿਆਨ ਦਿੱਤਾ ਕਹਿੰਦੇ ਇਹ ਜੋ ਬੇਅਦਬੀ ਦੀ ਸਾਰੀ ਸਾਜ਼ਿਸ਼ ਰਚੀ ਗਈ ਸੀ ਇਹ ਮੇਰੇ ਸਾਹਮਣੇ ਰਚੀ ਸੀ 45 ਮੈਂਬਰੀ ਇੱਕ ਪੋਲਿਟিক্যাল ਵਿੰਗ ਆ ਇਸੇ ਸਿਰਸਾ ਡੇਰਾ ਦਾ ਔਰ ਇਹਦੇ ਵਿੱਚ ਪ੍ਰਦੀਪ ਕਲੇਰ ਕਿਸੇ ਟਾਈਮ ਇਹਦਾ ਪ੍ਰਧਾਨ ਵੀ ਰਿਹਾ ਨੈਸ਼ਨਲ ਲੈਵਲ ਦਾ ਔਰ ਉਸ ਵਕਤ ਤੁਹਾਨੂੰ ਯਾਦ ਹੋਣਾ ਕਿ ਇੱਕ ਕਲੈਸ਼ ਚੱਲ ਰਿਹਾ ਸੀ ਆਪਸ ਦੇ ਵਿੱਚ ਸਿੱਖ ਜਥੇਬੰਦੀਆਂ ਦਾ ਤੇ ਡੇਰੇ ਪ੍ਰੇਮੀਆਂ ਦਾ ਜਿਹੜੇ ਡੇਰੇ ਨੂੰ ਮੰਨਦੇ ਨੇ ਇਹਨਾਂ ਦਾ ਆਪਸ ਦੇ ਵਿੱਚ ਟਕਰਾਅ ਪੈਦਾ ਹੋਏ ਹੋਏ ਸੀ ਤੇ ਉਸ ਤੋਂ ਬਾਅਦ ਕਹਿੰਦੇ ਇਹਨਾਂ ਨੂੰ ਲੱਗਿਆ ਕਿ ਅਸੀਂ ਇਸ ਸਿੱਖ ਭਾਈਚਾਰੇ ਨੂੰ ਸਬਕ ਸਿਖਾਉਣਾ ਇਸ ਤਰ੍ਹਾਂ ਇਹਨਾਂ ਨੇ ਬਿਆਨ ਦੇ ਵਿੱਚ ਕਿਹਾ ਔਰ ਉਸ ਤੋਂ ਬਾਅਦ ਕਹਿੰਦੇ ਇੱਕ ਸਾਜ਼ਿਸ਼ ਰਚੀ ਗਈ ਔਰ ਮੈਂ ਇਸ ਗੁਰਮੀਤ ਰਾਮ ਰਹੀਮ ਸਿੰਘ ਦੇ ਬਿਲਕੁਲ ਨੇੜੇ ਖੜਾ ਸੀ ਬਲਕਿ ਉਹਨਾਂ ਦੇ ਪਿੱਛੇ ਖੜਾ ਸੀ ਇਹ ਸਾਰੀ ਜਦੋਂ ਸਾਜ਼ਿਸ਼ ਰਚੀ ਗਈ ਔਰ ਉਸ ਤੋਂ ਬਾਅਦ ਬੁਰਜ ਜਵਾਰ ਸਿੰਘ ਪਿੰਡ ਦਾ ਇੱਕ ਜਿਹੜਾ 2 ਜੂਨ ਸਨ 2015 ਨੂੰ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਕਿਤੋਂ ਗਾਇਬ ਹੋਇਆ ਉਹਨਾਂ ਦਾ ਪ੍ਰਕਾਸ਼ ਤੇ ਉੱਥੋਂ ਹੋਇਆ ਸੀ ਜਿਹੜਾ ਅੱਜ ਤੱਕ ਲੰਭਾ ਨਹੀਂ ਫਿਰ ਐਸੇ ਕਰਕੇ ਫਿਰ ਉਸ ਤੋਂ ਬਾਅਦ ਘਟਦਾਵਾਂ ਵੱਧਿਆ ਰਹੀਆਂ ਹੁਣ ਇਸ ਨੂੰ ਫੜ ਲਿਆ ਤੇ ਇਹਨੇ ਇਹ ਸਾਡੀ ਜਾਣਕਾਰੀ ਦਿੱਤੀ ਹੈ ਪਰ ਨਾਲ ਇਹਨੇ ਇਹ ਵੀ ਕਿਹਾ ਕਿ ਇਹਦੇ ਵਿੱਚ ਹਨੀਪ੍ਰੀਤ ਇਨਸਾਨ ਉਹ ਹਨੀਪ੍ਰੀਤ ਕੌਰ ਕਹ ਲੋ ਸਿੰਘ ਕਹ ਲੋ ਜਿਹੜੀ ਕਿ ਮੂਹ ਬੋਲੀ ਕਹ ਲੋ ਜਾਂ ਅਡਾਪਟਿਡ ਬੇਟੀ ਆ ਡਾਟਰ ਆ ਗੁਰਮੀਤ ਰਾਮ ਰਹੀਮ ਸਿੰਘ ਦੀ ਇਸ ਦਾ ਵੀ ਨਾਮ ਲਿਆ ਕਿ ਇਹਨਾਂ ਦੋਨਾਂ ਨੇ ਇਹ ਉੱਥੇ ਦੋਨੇ ਮੌਜੂਦ ਸੀ ਇਹਨਾਂ ਨੇ ਇਹ ਸਾਜ਼ਿਸ਼ ਰਚੀ ਆ ਆਪਾਂ ਨੂੰ ਪਤਾ ਹੈ ਕਿ ਗੁਰਵੀਤ ਰਾਮ ਰੇਮ ਇਸ ਵਕਤ ਹਰਿਆਣੇ ਦੀ ਜੇਲ੍ਹ ਦੇ ਵਿੱਚ ਆ ਕਈ ਵਾਰੀ ਪੈਰੋਲ ਲੈ ਚੁੱਕਾ ਹਾਲਾਂਕਿ ਉਸਤੇ ਬੜੇ سنگੀਲ ਦੋਸ਼ ਨੇ ਜਿਨ੍ਹਾਂ ਦੀ ਇਹ ਸਜ਼ਾ ਕੱਟ ਰਹੀ ਆ ਕਾਤਲ ਵੀ ਆ ਤੇ ਰੈਪਿਸਟ ਵੀ ਆ ਬਲਾਕ ਕਰੀਆ ਇਹ ਇਸੇ ਕਰਕੇ ਇਹ ਸਜ਼ਾ ਭੁਗਤ ਰਿਹਾ ਪਰ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਇਹਨੂੰ ਫਰਲੋ ਤੇ ਪੈਰੋਲ ਦਿੱਤੀ ਗਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨਾਰਾਜ਼ ਹੋ ਗਿਆ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਇਹਨੂੰ ਦੁਬਾਰਾ ਜੇਲ੍ਹ 'ਚ ਬੰਦ ਕਰੋ ਔਰ ਅੱਗੇ ਤੋਂ ਜੇ ਪੈਰੋਲ ਜਾਂ ਫਰਲੋ ਦੇਣੀਆਂ ਹਰਿਆਣਾ ਸਰਕਾਰ ਨੇ ਸਾਡੇ ਤੋਂ ਪੁੱਛੇ ਬਿਨਾਂ ਨਹੀਂ ਦੇਣੀ पर प्रदीप क्लेयर ਦਾ ਇਹ ਬਿਆਨ ਮੈਨੂੰ ਲੱਗਦਾ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਕਾਫੀ ਹੱਦ ਤੱਕ ਤਾਕਤ ਦੇਵੇਗਾ ਦੇਖਦੇ ਹਾਂ ਕਿ ਕੀ ਇਸ ਗੁਰਮੀਤ ਰਾਮ ਰਹੀਮ ਨੂੰ ਜਾਂ ਹਨੀਪ੍ਰੀਤ ਨੂੰ ਇਸ ਦੇ ਵਿੱਚ ਕਿਸੇ ਤਰ੍ਹਾਂ ਕਨਵਿਕਟ ਜਾਂ ਦੋਸ਼ੀ ਠਹਿਰਾ ਪਾਉਂਦੀ ਹੈ ਐਸਆਈਟੀ ਜੀ ਵਸੋ ਜੀ ਤੇ ਮਨਪ੍ਰੀਤ ਜੀ 2015 ਦੇ ਇੱਕ ਡਰੱਗ ਮਾਮਲੇ ਦੇ ਵਿੱਚ ਸੁਖਪਾਲ ਖੈਰਾ ਦੇ ਖਿਲਾਫ ਜਿਹੜਾ ਸਪੈਸ਼ਲ ਕੋਰਟ ਦਾ ਇੱਕ ਫੈਸਲਾ ਆਇਆ ਉਹਦੇ ਖਿਲਾਫ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਸੀ ਹੁਣ ਉਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਬਿਲਕੁਲ ਤੁਸੀਂ ਦੇਖੋ ਕਿ ਸੁਖਪਾਲ ਸਿੰਘ ਖਹਿਰਾ ਨੂੰ ਸੁਪਰੀਮ ਕੋਰਟ ਦਾ ਦੁਬਾਰਾ ਦਰਵਾਜ਼ਾ ਖੜਕਵਾਉਣਾ ਪਿਆ ਕਿ ਜਿਸ ਤਰ੍ਹਾਂ ਮੇਰਾ ਲਗਭਗ 9-10 ਸਾਲ ਪੁਰਾਣੇ ਕੇਸ ਦੇ ਵਿੱਚ ਦੁਬਾਰਾ ਮੈਨੂੰ ਬੁੱਕ ਕੀਤਾ ਗਿਆ 4 ਮਹੀਨੇ ਮੈਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਬਿਲਕੁਲ ਗੈਰਕਾਨੂੰਨੀ ਸੀ ਔਰ ਇਸ ਗੱਲ ਦਾ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਜਵਾਬ ਦੇਣਾ ਪਊਗਾ ਤੁਸੀਂ ਇੱਕ ਗੱਲ ਹੋਰ ਯਾਦ ਕਰੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਦਿੱਤੀ ਸੀ ਤੇ ਇਹੀ ਪੰਜਾਬ ਸਰਕਾਰ ਭੱਜੀ ਭੱਜੀ ਗਈ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਜ਼ਮਾਨਤ ਕੈਨਸਲ ਕਰ ਦਿਓ ਪਰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਉਹ ਯਤਿਕਾ ਜਾਂ ਪਟੀਸ਼ਨ ਖਾਰਜ ਕਰਤੀ ਸੀ ਹੁਣ ਦੁਬਾਰਾ ਇਹ ਗਏ ਆ ਔਰ ਇੱਕ ਗੱਲ ਇੱਥੇ ਮੈਂ ਤੁਹਾਨੂੰ ਹੋਰ ਵੀ ਦੱਸਦਾ ਸੁਖਪਾਲ ਸਿੰਘ ਖੈਰਾ ਨੂੰ ਹਮਾਇਤ ਮਿਲੀ ਆ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਕੁਮਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਐਮਐਲਏ ਨੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਪਹਿਲੇ ਦਿਨ ਤੋਂ ਪਤਾ ਸੀ ਕਿ ਸੁਖਪਾਲ ਸਿੰਘ ਖਹਿਰਾ ਨੂੰ ਗੈਰ ਕਾਨੂੰਨੀ ਢੰਗ ਨਾਲ ਫੜਿਆ ਗਿਆ ਉਹਨਾਂ ਨੂੰ ਨਹੀਂ ਸੀ ਫੜਿਆ ਜਾਣਾ ਚਾਹੀਦਾ ਪਰ ਜਿਹੜੇ ਕੁਝ ਪੁਲਿਸ ਅਫਸਰ ਨੇ ਉਹ ਸਰਕਾਰ ਦੇ ਕਹਣੇ ਤੇ ਚੱਲਦੇ ਨੇ ਉਹ ਗੱਲ ਨੂੰ ਨਹੀਂ ਮੰਨਦੇ ਕਾਨੂੰਨ ਦੀ ਵੀ ਅਣਦੇਖੀ ਕਰਦੇ ਨੇ ਸੋ ਇਸ ਤਰ੍ਹਾਂ ਉਮਰ ਵਿਜੇ ਪ੍ਰਤਾਪ ਸਿੰਘ ਦੀ ਵੀ سپورਟ ਆਈ ਆ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੂੰ سپورਟ ਮਿਲੀ ਸੀ ਬੀਬੀ ਜ਼ਗੀਰ ਕੌਰ ਤੋਂ ਜਿਹੜੇ ਕੀ ਕਹਿੰਦੇ ਸੀ ਕਿ ਇਹਨਾਂ ਦੇ ਬੜੇ ਵਿਰੋਧੀ ਆ ਕੱਟੜ ਵਿਰੋਧੀ ਆ ਸਿਆਸੀ ਵਿਰੋਧੀ ਆ ਸੋ ਇਹ ਸਾਰਾ ਕੁਝ ਇਸ ਟਾਈਮ ਮਾਮਲਾ ਚੱਲ ਰਿਹਾ ਦੇਖਦੇ ਹਾਂ ਕਿ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਆ ਜੀ ਬਾਸੂ ਜੀ ਤੇ ਮੰਤਰੀ ਜੀ ਸੁਨੀਲ ਜਾਖੜ ਨੇ ਇੱਕ ਸਵਾਲ ਚੁੱਕਿਆ ਕਹਿੰਦੇ ਵੀ ਹੁਣ ਸਿਆਸੀ ਸਰਗਰਮੀਆਂ ਇੰਨੀਆਂ ਜ਼ਿਆਦਾ ਵੱਧ ਰਹੀਆਂ ਨੇ ਰਾਗਵ ਚੱਡਾ ਕਿੱਥੇ ਨੇ ਕਹਿੰਦੇ ਪੰਜਾਬ 'ਚ ਨਜ਼ਰ ਨਹੀਂ ਆ ਰਹੇ ਬਿਲਕੁਲ ਉਹਨਾਂ ਦੀ ਗੱਲ ਠੀਕ ਵੀ ਆ ਹੂੰ ਤੁਹਾਨੂੰ ਯਾਦ ਹੋਣਾ ਕਿ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਸੰ 2022 ਦੇ ਵਿੱਚ ਸਰਕਾਰ ਬਣਦੀ ਆ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਭਗਵੰਤ ਮਾਨ ਤੇ ਉਸ ਵਕਤ ਰਾਜ ਸਭਾ ਤੋਂ ਰਾਗਵ ਚੱਡਾ ਪੰਜਾਬ ਦੇ ਐਮਪੀ ਬਣਦੇ ਨੇ ਔਰ ਬਾਅਦ ਦੇ ਵਿੱਚ ਸਾਰੇ ਪੰਜਾਬ ਨੂੰ ਪਤਾ ਕਿ ਇੱਕ ਤਰ੍ਹਾਂ ਰਗਵ ਚੱਡਾ ਪੰਜਾਬ ਦੇ ਸੁਪਰ ਸੀਐਮ ਬਣ ਗਏ ਸੀ ਇਹਨਾਂ ਦੀ ਆਲੋਚਨਾ ਬਹੁਤ ਹੋਣੀ ਸ਼ੁਰੂ ਹੋ ਗਈ ਸੀ ਇਹਨਾਂ ਦਿਨਾਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਨੇ ਆਮ ਆਦਮੀ ਪਾਰਟੀ ਲਈ ਬੜੀਆਂ ਅਹਿਮ ਚੋਣਾਂ ਨੇ ਕਿਸੇ ਵੀ ਪਾਰਟੀ ਲਈ ਹੋਣਗੀਆਂ ਪਰ ਰਗਵ ਚੱਡਾ ਕਿਤੇ ਨਜ਼ਰ ਨਹੀਂ ਆਉਂਦੇ ਬਲਕਿ ਪੰਜਾਬ ਦੇ ਵਿੱਚ ਲਗਾਤਾਰ ਨਰਦਾਰਤ ਨੇ ਇਸ ਗੱਲ ਨੂੰ ਉਭਾਰਿਆ ਕਿ ਨੇ ਆ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਸੁਨੀਲ ਜਾਖੜ ਨੇ ਕਹਿੰਦੇ ਕਿੱਥੇ ਆ ਤੁਹਾਡਾ ਰਗਵ ਚੱਡਾ ਅੱਜ ਕੱਲ੍ਹ ਲੱਭਦਾ ਨਹੀਂ ਇੱਕ ਗੱਲ ਉਹਨਾਂ ਨੇ ਹੋਰ ਕਹੀ ਆ ਬਸ ਜੀ ਕਹਿੰਦੇ ਜਿਹੜੇ ਇਹਨਾਂ ਨੇ 8 ਕੈਂਡੀਡੇਟ ਜਿਹਦੇ ਵਿੱਚ 5 ਇਹਨਾਂ ਦੇ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਉਹ ਐਸ ਟਾਈਮ ਜਿੱਤਣ ਦੀ ਪੋਜੀਸ਼ਨ 'ਚ ਨਹੀਂ ਹੈ ਇੰਨੀ ਕੁ ਹਾਲਤ ਇਹਨਾਂ ਦੀ ਖਰਾਬ ਹੋ ਗਿਆ ਹੋ ਸਕਦਾ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਆਪਣੇ ਸਾਰੇ ਇਹ ਕੈਂਡੀਡੇਟਸ ਵਿਧਰਾ ਕਰਨੇ ਪੈਣ ਇਹ ਤਾਂ ਗੱਲ ਠੀਕ ਆ ਉਹਨਾਂ ਦਾ ਇੱਕ ਤਰ੍ਹਾਂ ਦਾ ਆਪਣਾ ਅੰਕਲਨ ਹੋ ਸਕਦਾ ਆਪਣਾ ਵਿਸ਼ਲੇਸ਼ਣ ਹੋ ਸਕਦਾ ਪਰ ਪਹਿਲਾਂ ਆਪਣੇ ਕੈਂਡੀਡੇਟ ਤਾਂ ਡਿਕਲੇਅਰ ਕਰ ਲਓ ਤੁਹਾਡਾ ਕੀ ਬਣਿਆ ਇਸ ਤਰ੍ਹਾਂ ਅਕਾਲੀ ਦਲ ਦੇ ਨਾਲ ਗੱਠ ਜੋੜਦਾ ਉਹ ਵੀ ਦੱਸ ਦਿਓ ਜੀワਸੂ ਜੀ ਤੇ ਮਨਪ੍ਰੀ ਜੀ ਹੁਣ ਲੋਕ ਸਭਾ ਦੀਆਂ ਚੋਣਾਂ ਦਾ ਐਲਾਨ ਹੋਏ ਹੁਣ 3 ਦਿਨ ਹੋ ਗਏ ਨੇ ਪਰ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਿੱਚਕਾਰ ਕਿਸੇ ਤਰ੍ਹਾਂ ਦੇ ਗੱਠ ਜੋੜ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਦੋ ਵੱਡੇ ਕਾਰਨ ਦੋ ਵੱਡੇ ਕਾਰਨ ਆ ਵਸੂ ਜੀ ਜਿਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕਨਫਿਊਜ਼ਨ ਦੇ ਵਿੱਚ ਆ ਦੁਚਿੱਤੀ ਦੇ ਵਿੱਚ ਆ ਔਰ ਆਪਸ ਦੇ ਵਿੱਚ ਇਹਨਾਂ ਦੇ ਮਤਭੇਦ ਨੇ ਆ ਕਿ ਕੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਗਠਜੋੜ ਕਰੀਏ ਜਾਂ ਨਾ ਕਰੀਏ ਕਾਰਨ ਇੱਕ ਪੰਥਿਕ ਵੋਟ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੀ ਧਰਮ ਦੀ ਰਾਜਨੀਤੀ ਕਰਦਾ ਔਰ ਪੰਥਿਕ ਵੋਟ ਇਹਨਾਂ ਦਾ ਹਮੇਸ਼ਾ ਤੋਂ ਵੇਚ ਰਿਹਾ ਜਾਂ ਸਮਰਥਕ ਰਿਹਾ ਪੰਥਿਕ ਵੋਟ ਇਹਨਾਂ ਤੋਂ ਦੂਰ ਆ ਕਾਰਨ ਬੇਅਦਬੀ ਦੇ ਕੇਸ ਜਿਹੜੇ ਇਹਨਾਂ ਸਮੇਂ ਹੋਏ ਸੀ ਉਹਨਾਂ ਨੂੰ ਇਹ ਹੱਲ ਨਹੀਂ ਕਰ ਪਾਇਆ ਲੋਕਾਂ ਨੂੰ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਸੀ ਉਹਨਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਦੂਸਰਾ ਕਿਸਾਨੀ ਰੂਰਲ ਵੋਟ ਉਹ ਵੀ ਇਹਨਾਂ ਦੀ ਹਮੇਸ਼ਾ ਤੋਂ ਸ਼ੁਭਚਿੰਤਕ ਰਹੀ ਆ ਜਾਂ ਇਹਨਾਂ ਦੀ ਸਮਰਥਕ ਰਹੀ ਆ ਉਹ ਵੀ ਇਹਨਾਂ ਤੋਂ ਦੂਰ ਆ ਤੇ ਉਹਨਾਂ ਕਰਕੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਆਪਣਾ ਗੱਠਜੋੜ ਤੋੜਿਆ ਸੀ ਤੁਸੀਂ ਯਾਦ ਕਰੋ ਸੰ 2020 ਦੇ ਵਿੱਚ ਤੇ ਹੁਣ ਦੁਬਾਰਾ ਜਦੋਂ ਗੱਠਜੋੜ ਤਰਨ ਦੀ ਗੱਲ ਹੋਈ ਸੀ ਆਪਸ ਦੇ ਵਿੱਚ ਤੇ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਫੇਰ ਸ਼ੁਰੂ ਹੋ ਗਿਆ ਸੋ ਇਸ ਕਰਕੇ ਇਹਨਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਜੇ ਅਸੀਂ ਦੁਬਾਰਾ ਇਸ ਵਕਤ ਗੱਠਜੋੜ ਦੇ ਵਿੱਚ ਚਲੇ ਗਏ ਤੇ ਸਾਨੂੰ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਜਾਊਗਾ ਜੀ ਵਾਸੂ ਜੀ ਮਨਪ੍ਰੀਤ ਜੀ ਇਸ ਅਨਾਲਿਸਿਸ ਲਈ ਇਹਨਾਂ ਸਾਰੀਆਂ ਖਬਰਾਂ ਲਈ ਤੁਹਾਡਾ ਬਹੁਤ ਧੰਨਵਾਦ ਜੀ ਕੱਲ ਫਿਰ ਗੱਲਬਾਤ ਹੋਏਗੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ